ਸਸਰੀਕਾਲ ਵੀ ਮੈਂ ਦੱਸਦਾ ਸਸਰੀਕਾਲ ਜੀ ਅਸੀਂ ਭਾਜੀ ਸੱਚੀ ਗੱਲ ਦੱਸਦੇ ਆ ਵੀ ਤੁਹਾਨੂੰ ਚਾਹ ਸਾਰਿਆਂ ਨੂੰ ਪ੍ਰਦੇਸ਼ਾਂ ਦਾ ਆ ਦੇਖ ਲਓ ਬਾਈ ਜੰਗਲ ਚ ਮੈਕਸੀਕੋ ਦੇ ਜੰਗਲ ਚ ਬੈਠੇ ਆ ਠੀਕ ਆ ਆ ਮੇਰੇ ਨਾਲ ਦੇ ਚਾਰ ਹੋਰ ਨੇ ਆਹ ਠੀਕ ਆ ਤੇ ਮੇਰੇ ਚਾਰ ਨਾਲ ਇਹਨਾਂ ਨੂੰ ਹੁਣ ਸਾਨੂੰ ਕੱਲ ਪਰਸੋਂ ਦੋ ਦਿਨ ਹੋ ਗਏ ਬਈ ਦੋ ਹੋ ਗਏ ਸਾਨੂੰ ਕਹਿੰਦੇ ਮੈਂ ਮੂਹਰੇ ਅਮਰੀਕਾ ਦਾ ਬਾਰਡਰ ਟਪਾਉਣਾ ਅਸੀਂ ਆ ਮੈਕਸੀਕੋ ਜੰਗਲ ਚ ਬਾਈ ਦੋ ਦਿਨ ਹੋ ਗਏ ਅਸੀਂ ਪਾਣੀ ਤਿਆਰ ਤੁਰ ਹੋ ਗਏ ਤੁਰੇ ਸੀਗੇ ਆ ਪਾਣੀ ਆਹ ਪੀ ਪੀ ਗਹਿਰਾ ਕੀਤਾ ਬਾਈ ਮੀਂਹ ਲੱਗਾ ਸੀਗਾ ਆ ਆ ਪਿੱਛੇ ਦਰਖਤ ਆ ਬਾਈ ਦਿਖਾਲੀ ਇੱਥੇ ਲੁਕ ਲੁਕ ਉਹ ਪੱਲੇ ਉੱਥੇ ਰਾਤ ਕੱਟੀ ਆ ਅਸੀਂ ਲੁਕ ਲੁਕ ਕੇ ਬਾਈ ਠੰਡ ਲੱਗਦੀ ਆ ਬੁਰਾ ਹਾਲ ਆ ਹੱਥ ਜੋੜੇ ਨੇ ਬਾਈ 15 ਲੱਖ ਰੁਪਇਆ ਦਿੱਤਾ ਇੱਕ ਇੱਕ ਜਣੇ ਨੇ ਅਸੀਂ ਵੀ ਕਹਿੰਦੇ ਅਮਰੀਕਾ ਜੇ ਏਦਾਂ ਜਾਣਾ ਬਾਈ ਏਦਾਂ ਦੀ ਅਮਰੀਕਾ ਨਾਲੋਂ ਪਿੰਡ ਚੰਗੇ ਆ ਬਾਈ ਪੱਠੇ ਪਾ ਲਿਆ ਕਰੋ ਘਰਦਿਆਂ ਦੀ ਸੁਣੋ ਘਰਦੇ ਬਹੁਤ ਚੰਗਾ ਕਹਿੰਦੇ ਨੇ ਵੀ ਸਾਡਾ 2 ਦਿਨ ਚ ਚਾਹ ਲਾ ਤਾ ਵਿਦੇਸ਼ਾਂ ਨੇ ਇੱਦੀ ਗੱਲ ਆ ਬਾਈ ਘਰ ਬੈਠੋ ਏਦੂ ਵਧੀਆ ਮੂੰਗਲੀ ਦੀ ਰੇੜੀ ਲਾ ਲਓ ਬਾਈ ਠੀਕ ਆ ਬਾਈ ਔਖੇ ਹੋਏ ਪਏ ਆ ਭੁੱਖ ਲੱਗੀ ਆ ਆ ਪਾਣੀ ਪੀਤੇ ਬਾਈ ਦਿਖਾਲੀ ਨੂੰ ਅੜਿਆ ਪਾਣੀ ਬਾਜੀ ਆ ਪਾਣੀ ਪੀਨੇ ਆ ਤੇ ਪੱਤੇ ਖਾਣੇ ਆ ਪਾਣੀ ਪੀਤਾ ਇੱਥੋਂ ਆ ਮੁੰਡੇ ਨੂੰ ਬਿਮਾਰ ਹੋਇਆ ਫਿਰ ਉਹਦਾ ਢਿੱਡ ਦੁਖਦਾ ਸੀਗਾ ਫਿਰ ਇੱਥੇ ਕੋਈ ਨਾ ਡਾਕਟਰ ਮਿਲ ਸਕਦਾ ਹੁਣ ਬੰਦਾ ਕਿਆ ਕਰੇ ਬਾਈ ਇਹੀ ਹੱਥ ਜੋੜ ਕੇ ਗੁਜ਼ਾਰਿਸ਼ ਆ ਪਲੀਜ਼ ਇਹ ਸਾਡੀ ਵੀਡੀਓ ਦਿਖਾਈ ਜਾਵੇ ਅੱਜ ਕੱਲ ਫੇਸਬੁੱਕ ਤੇ ਹੁੰਦਾ ਹੈ ਨਾ ਵੀ ਪਲੀਜ਼ ਦਿਖਾਈ ਜਾਵੇ ਕਿ ਲੋਕਾਂ ਨੂੰ ਪਤਾ ਲੱਗੇ ਵੀ ਵਿਦੇਸ਼ਾਂ 'ਚ ਨਹੀਂ ਏਦਾਂ ਨਾ ਉਹ ਘਰਦਿਆਂ ਦੀ ਸੁਣੋ ਘਰ ਵੀ ਕੰਮ ਕਰ ਸਕਦੇ ਆ ਬਾਈ ਸਾਨੂੰ ਇੱਥੋਂ ਬੰਦਾ ਵਾਪਸ ਮੋੜ ਦੇਵੇ ਅਸੀਂ ਅਮਰੀਕਾ ਨਹੀਂ ਜਾਣਾ ਹੈਗਾ ਸਾਡਾ 2 ਦਿਨ 'ਚ ਬੁਖਾਰ ਉਤਰ ਗਿਆ ਸਤਿ ਸ੍ਰੀ ਅਕਾਲ ਜੀ ਤੇ ਏਦਾਂ ਹੁਣ ਵੀਰੇ ਏਦਾਂ ਨਾ ਸਮਝਿਓ ਵੀ ਉਦਾਂ ਵੀਡੀਓ ਬਣਾਈ ਆ ਸੱਚੀ ਆ ਇੱਥੇ ਸੱਚੀ ਆਇਆ 15-15 ਲੱਖ ਰੁਪਇਆ ਦੇ ਕੇ ਆਇਆ ਅਸੀਂ ਝੂਠ ਨਹੀਂ ਹੈਗਾ ਕੋਈ ਇਹ 4-5 ਜਣੇ ਅਸੀਂ ਬਾਈ ਕੋਈ ਨੀ ਠੀਕ ਆ ਬਾਈ ਪਲੀਜ਼ ਹੈ ਨਾ ਪਲੀਜ਼ ਵੀਡੀਓ ਸ਼ੇਅਰ ਕਰੀ ਯਾਰ ਕੋਈ ਵੀ ਕਰ ਦਿਓ ਸਾਡੀ ਪੁੱਜ ਗਈ ਜਦੋਂ ਵੀ ਅਸੀਂ ਕਿਤੇ ਵੀ ਪੁੱਜੇ ਅਸੀਂ ਜਦ ਤੁਹਾਨੂੰ ਵੀਡੀਓ ਜ਼ਰੂਰ ਦਿਖਾਵਾਂਗੇ ਜਿਹਦੇ ਰਹੇ ਠੀਕ ਆ ਪਰ ਸਾਡੀ ਵੀਡੀਓ ਜ਼ਰੂਰ ਸ਼ੇਅਰ ਕਰਿਓ ਸਾਡੇ ਜਿਹੜੇ ਨੌਜਵਾਨ ਆ ਵੀ ਅਮਰੀਕਾ ਸਾਡੇ ਪਿੰਡ ਦੇ ਵੀ ਕਹੀ ਜਾਂਦੇ ਅਮਰੀਕਾ ਅਮਰੀਕਾ ਪੁੱਜ ਆ ਭਰਾਵਾ ਪੁੱਜਿਆ ਅਮਰੀਕਾ ਦੇਖ ਲਾ ਦਰਖਤ ਠੀਕ ਆ ਪੱਤੇ ਖਾਂਦੇ ਨੇ ਬਾਈ ਅਸੀਂ ਪਿੰਡਾਂ 'ਚ ਅੱਗੇ ਕਈ ਸੁਣਦੇ ਹੁੰਦੇ ਜੋ ਅਸੀਂ ਕਹਿਣਾ ਲੈ ਐਵੇਂ ਬਕਵਾਸ ਕਰਦਾ ਬਈ ਸੱਚੀ ਖਾਂਦੇ ਆ ਪੱਤੇ ਭਰਾ ਪਾਣੀ ਤਾਂ ਦੇਖ ਲਓ ਕਿਹੜਾ ਪੀਂਦੇ ਆ ਭਾਈ ਚੰਗਾ ਜੀ ਪਲੀਜ਼ ਹੈ ਨਾ ਧਿਆਨ ਰੱਖੋ ਭਰਾ